ਬੜੀ ਖਬਰ ਆ ਰਹੀ ਆ ਜੰਮੂ ਕਸ਼ਮੀਰ ਦੇ ਵਿੱਚ ਭੂਚਾਲ ਦੇ ਝਟਕੇ ਲੱਗੇ ਨੇ ਤਾਂ ਹੁਣੇ ਹੁਣੇ ਭੂਚਾਲ ਆਇਆ ਅਰਥਕੁਇਕ ਆਇਆ ਏ ਜਿਸ ਦੇ ਨਾਲ ਧਰਤੀ ਕੰਬ ਉੱਠੀ ਹੈ ਤੇ ਇਹ ਭੂਚਾਲ ਦੇ ਝਟਕੇ ਇੰਨੇ ਕੁ ਜ਼ਿਆਦਾ ਭਿਆਨਕ ਸੀ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀਸੀਟੀਵੀ ਦੇ ਵਿੱਚ ਜੋ ਕੈਦ ਹੋਈਆਂ ਨੇ, ਧਰਤੀ ਕੰਬੀ ਹੈ। ਇਹ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਤਰੇੜਾਂ ਤੱਕ ਕੰਧਾਂ ਦੇ ਵਿੱਚ ਆ ਗਈਆਂ ਨੇ, ਜਿਹੜੇ ਪੱਖੇ ਲਮਕੇ ਹੋਏ ਨੇ ਘਰਾਂ ਦੇ ਵਿੱਚ ਉਹ ਜ਼ੋਰ ਦੇ ਨਾਲ ਹਿੱਲ ਰਹੇ ਨੇ, ਜਿਹੜੀਆਂ ਤਾਰਾਂ ਪਈਆਂ ਹੁੰਦੀਆਂ ਨੇ ਉਹ ਇਹ ਸਬੂਤ ਇਹ ਗਵਾਹੀ ਭਰਦੀਆਂ ਨੇ ਕਿ ਭੂਚਾਲ ਦੇ ਝਟਕੇ ਕਿੰਨੇ ਜ਼ੋਰ ਦੇ ਸੀ। ਜਦੋਂ ਹੀ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਨੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਦਫ਼ਤਰਾਂ 'ਚੋਂ ਨਿਕਲਦੇ ਨੇ, ਦਫ਼ਤਰਾਂ 'ਚੋਂ ਬਾਹਰ ਨਿਕਲਦੇ ਨੇ ਅਤੇ ਆਪਣੀ ਜਾਨ ਬਚਾਉਣ ਦੀ ਖਾਤਰ ਸੜਕਾਂ 'ਤੇ ਆ ਜਾਂਦੇ ਨੇ। ਸਵੇਰੇ ਸਵੇਰੇ ਇਹ ਭੂਚਾਲ ਦੇ ਝਟਕੇ ਮਹਿਸੂਸ ਹੋਏ ਨੇ, ਇੱਕ ਵਾਰ ਨਹੀਂ ਹੋਏ, ਇਹ ਭੂਚਾਲ ਦੇ ਝਟਕੇ ਦੋ ਵਾਰ ਆਏ ਨੇ। ਇਸ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਇਹ ਭੂਚਾਲ ਦੇ ਝਟਕੇ ਮਾਪੇ ਗਏ ਤਾਂ 4.8 ਦੀ ਤੀਬਰਤਾ ਦੇ ਨਾਲ ਇਹ ਭੂਚਾਲ ਦੇ ਝਟਕੇ ਲੱਗੇ ਸਨ ਅਤੇ ਜਦੋਂ ਦੂਸਰੀ ਵਾਰ ਮੁੜ ਤੋਂ ਭੂਚਾਲ ਆਇਆ, ਭੂਕੰਪ ਆਇਆ ਤਾਂ ਉਦੋਂ 4.9 ਦੀ ਤੀਬਰਤਾ ਸੀ। ਬਾਰਾਮੁੱਲਾ ਸੈਂਟਰ ਦੱਸਿਆ ਜਾ ਰਿਹਾ ਹੈ ਅਤੇ 5 ਕਿਲੋਮੀਟਰ ਦੀ ਡੂੰਘਾਈ 'ਤੇ ਇਹ ਭੂਚਾਲ ਦੇ ਝਟਕੇ ਮਹਿਸੂਸ ਹੋਏ ਨੇ। ਸਵੇਰੇ ਸਵੇਰੇ ਇਹ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ, ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਕੀ ਤੁਸੀਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਨੇ ਜਾਂ ਨਹੀਂ ਕੀਤੇ, ਕਿਉਂਕਿ ਸਵੇਰ ਦਾ ਸਮਾਂ ਸੀ। ਲੋਕ ਅਮੂਮਨ ਆਪਣੇ ਦਫ਼ਤਰਾਂ ਵਾਸਤੇ ਤਿਆਰ ਹੁੰਦੇ ਨੇ, ਕੰਮਾਂ ਕਾਰਾਂ ਵਾਸਤੇ ਤਿਆਰ ਹੁੰਦੇ ਨੇ, ਬੱਚੇ ਸਕੂਲਾਂ ਨੂੰ ਜਾਣ ਦੇ ਲਈ ਤਿਆਰ ਹੁੰਦੇ ਨੇ ਅਤੇ ਉਸੇ ਦਰਮਿਆਨ ਇਹ ਭੂਚਾਲ ਦੇ ਝਟਕੇ ਸਵੇਰੇ ਸਵੇਰੇ ਆਏ ਨੇ। ਪਹਿਲਾ ਭੂਚਾਲ ਦਾ ਝਟਕਾ 6:45 ਤੇ ਆਉਂਦਾ ਹੈ, ਜਦੋਂ ਇਸ ਦੀ ਤੀਬਰਤਾ ਮਾਪੀ ਜਾਂਦੀ ਹੈ ਤਾਂ 4.ਕੁਛ ਤੀਬਰਤਾ ਇਹ ਮਾਪੀ ਜਾਂਦੀ ਹੈ ਅਤੇ ਦੂਸਰੀ ਵਾਰ ਵੀ ਇਹ ਭੂਚਾਲ ਦੇ ਝਟਕੇ ਮਹਿਸੂਸ ਹੋਏ ਨੇ। ਇਹ ਭੂਚਾਲ ਦੇ ਝਟਕੇ ਇੰਨੇ ਕੁ ਜ਼ਿਆਦਾ ਤੇਜ਼ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਲੱਗੇ ਪੱਖੇ ਹਿੱਲਣ ਲੱਗ ਗਏ, ਕਈਆਂ ਦੇ ਘਰਾਂ ਦੇ ਵਿੱਚ ਦਰਾੜਾਂ ਤੱਕ ਆ ਗਈਆਂ, ਤਰੇੜਾਂ ਤੱਕ ਆ ਗਈਆਂ ਅਤੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਵੱਲ ਨੂੰ ਭੱਜਦੇ ਨੇ। ਇੱਕ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਭੂਚਾਲ ਦੇ ਝਟਕਿਆਂ ਦੇ ਨਾਲ ਇਹ ਸਾਰੀ ਕੰਧ ਹਿਲਦੀ ਹੋਈ ਦਿਖਾਈ ਦੇ ਰਹੀ ਹੈ, ਧਰਤੀ ਹਿਲਦੀ ਹੋਈ ਦਿਖਾਈ ਦੇ ਰਹੀ ਹੈ, ਇਹ ਪੱਖੇ ਤੁਹਾਨੂੰ ਹਿਲਦੇ ਹੋਏ ਦਿਖਾਈ ਦੇ ਰਹੇ ਨੇ, ਜਿਹੜੀਆਂ ਖੰਭਿਆਂ 'ਤੇ ਤਾਰਾਂ ਵਿਛੀਆਂ ਹੁੰਦੀਆਂ ਨੇ ਉਹਨਾਂ ਤਾਰਾਂ ਦੇ ਵਿੱਚ ਇਹ ਜੋ ਤੁਸੀਂ ਮੂਵਮੈਂਟ ਦੇਖ ਰਹੇ ਹੋ ਇਹ ਭੂਚਾਲ ਦੇ ਝਟਕਿਆਂ ਦੇ ਨਾਲ ਹੀ ਹੈ। ਸਵੇਰੇ ਸਵੇਰੇ ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਹੜਕੰਪ ਮੱਚ ਗਿਆ, ਲੋਕਾਂ ਦੇ ਵਿੱਚ ਸਹਿਮ ਹੈ ਕਿਉਂਕਿ ਅਮੂਮਨ ਆਮ ਤੌਰ 'ਤੇ ਲੋਕ ਸਵੇਰੇ ਉੱਠਦੇ ਨੇ, ਕੰਮਾਂ ਕਾਰਾਂ ਵਾਸਤੇ ਤਿਆਰ ਹੁੰਦੇ ਨੇ, ਕੰਮਾਂ ਕਾਰਾਂ 'ਤੇ ਜਾਣ ਵਾਸਤੇ ਇੱਕ ਕਾਹਲੀ ਵੀ ਹੁੰਦੀ ਹੈ ਅਤੇ ਦੂਜੇ ਪਾਸੇ ਇਹਨਾਂ ਭੂਚਾਲ ਦੇ ਝਟਕਿਆਂ ਨੇ ਆਮ ਜਨਜੀਵਨ ਨੂੰ ਥੋੜ੍ਹੀ ਦੇਰ ਦੇ ਲਈ ਪ੍ਰਭਾਵਿਤ ਜ਼ਰੂਰ ਕੀਤਾ ਹੈ। ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਦੋਂ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਨੇ, ਬੈਕ ਟੂ ਬੈਕ ਮਹਿਸੂਸ ਹੁੰਦੇ ਨੇ, ਪਹਿਲੀ ਵਾਰ ਜਦੋਂ ਆਉਂਦੇ ਨੇ 6:48 'ਤੇ ਆਉਂਦੇ ਨੇ, ਦੂਸਰੀ ਵਾਰ 6:52 'ਤੇ, ਯਾਨੀ ਕਿ ਕੁਝ ਹੀ ਮਿੰਟਾਂ ਦਾ ਇਹ ਫਾਸਲਾ ਹੁੰਦਾ ਇਹਨਾਂ ਦੇ ਵਿੱਚ ਅਤੇ ਲਗਾਤਾਰ ਦੋ ਵਾਰ ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ ਕਸ਼ਮੀਰ ਦੇ ਵਿੱਚ ਇਹ ਧਰਤੀ ਕੰਬੀ ਹੈ ਅਤੇ ਹਾਲਾਤ ਤੁਸੀਂ ਦੇਖ ਸਕਦੇ ਹੋ, ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ। ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਦੱਸੋ। ਨਾਲ ਤੁਹਾਨੂੰ ਦੱਸ ਦਈਏ ਕਿ ਬਾਰਾਮੁੱਲਾ ਸੈਂਟਰ ਮੰਨਿਆ ਗਿਆ, ਜਦੋਂ ਭੂਚਾਲ ਦੇ ਝਟਕੇ ਲੱਗ ਰਹੇ ਸੀ ਤਾਂ ਬਾਰਾਮੁੱਲਾ ਸੈਂਟਰ ਇਸ ਨੂੰ ਮੰਨਿਆ ਗਿਆ ਅਤੇ ਇਸ ਦੀ ਡੈਪਥ, ਇਸ ਦੀ ਡੂੰਘਾਈ 5 ਕਿਲੋਮੀਟਰ ਤੱਕ ਸੀ। 5 ਕਿਲੋਮੀਟਰ ਤੱਕ ਇਹ ਡੂੰਘੇ ਭੂਚਾਲ ਦੇ ਝਟਕੇ ਮਹਿਸੂਸ ਹੋਏ ਤਾਂ ਜਦੋਂ ਭੂਚਾਲ ਆਉਂਦਾ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਬਿਨਾਂ ਵੀ ਕਿਸੇ ਦੇਰੀ ਤੋਂ ਜੋ ਤੁਹਾਨੂੰ ਲੱਗਦਾ ਕਿ ਹਾਂ ਭਾਈ ਭੂਚਾਲ ਆ ਰਿਹਾ, ਤਾਂ ਵਿਦਇਨ ਮਾਈਨਰ ਸੈਕਿੰਡਸ ਇਹ ਸਾਰੀਆਂ ਹਲਚਲਾਂ ਹੁੰਦੀਆਂ ਨੇ, ਪੈਨਿਕ ਲੋਕ ਹੋ ਜਾਂਦੇ ਨੇ। ਤਾਂ ਜੋ ਤੁਸੀਂ ਜਿੱਥੇ ਵੀ ਬੈਠੇ ਹੋ, ਜੇਕਰ ਕਿਸੇ ਛੱਤ ਦੇ ਹੇਠਾਂ ਬੈਠੇ ਹੋ, ਘਰੇ ਬੈਠੇ ਹੋ, ਦਫ਼ਤਰਾਂ ਦੇ ਵਿੱਚ ਬੈਠੇ ਹੋ ਜਾਂ ਕਿਤੇ ਗਏ ਹੋਏ ਹੋ, ਤਾਂ ਜਲਦੀ ਦੇਣੇ ਸੜਕ 'ਤੇ ਬਾਹਰ ਨਿਕਲਿਆ ਕਰੋ।
ਜਦੋਂ ਬਾਹਰ ਜਾਂਦੇ ਹੋ ਤਾਂ ਲਿਫਟ ਦਾ ਇਸਤੇਮਾਲ ਨਾ ਕਰਿਆ ਕਰੋ, ਕੋਸ਼ਿਸ਼ ਕਰੋ ਕਿ ਪੌੜੀਆਂ ਦੇ ਜ਼ਰੀਏ ਹੀ ਹੇਠਾਂ ਉਤਰਿਆ ਜਾਵੇ, ਸੜਕਾਂ 'ਤੇ ਜਾਇਆ ਜਾਵੇ, ਕੋਈ ਅਜਿਹੀ ਚੀਜ਼ ਲੱਭੋ ਉਸ ਤੋਂ ਬਾਅਦ ਜਿਹਦੇ ਹੇਠਾਂ ਲੁੱਕ ਕੇ ਤੁਸੀਂ ਆਪਣੀ ਜਾਨ ਬਚਾ ਸਕੋ। ਭੂਚਾਲ ਆਉਣ 'ਤੇ ਬਾਰੀਆਂ, ਅਲਮਾਰੀਆਂ, ਪੱਖਿਆਂ ਦੇ ਹੇਠਾਂ ਜਾਂ ਉਹਨਾਂ ਦੇ ਕੋਲ ਨਾ ਖੜੋ, ਉਹਨਾਂ ਦੇ ਦੂਰ ਖੜੋ, ਤਾਂ ਜੋ ਜੇਕਰ ਉਹ ਭੂਚਾਲ ਦੇ ਝੱਕਿਆਂ ਨਾਲ ਹੇਠਾਂ ਡਿੱਗਦੇ ਨੇ ਤਾਂ ਤੁਹਾਡਾ ਨੁਕਸਾਨ ਹੋਣ ਤੋਂ ਬਚਾ ਹੋ ਸਕੇ। ਜਿਹੜੇ ਦਰਵਾਜ਼ੇ ਖੋਲ੍ਹਦੇ ਨੇ ਉਹਨਾਂ ਦਰਵਾਜ਼ਿਆਂ ਦੇ ਕੋਲ ਵੀ ਨਾ ਖੜਿਆ ਕਰੋ। ਜੇਕਰ ਗੱਡੀਆਂ ਦੇ ਵਿੱਚ ਤੁਸੀਂ ਹੈਗੇ ਹੋ, ਭੂਚਾਲ ਆਉਂਦਾ ਤਾਂ ਗੱਡੀਆਂ ਦੇ ਵਿੱਚੋਂ ਵੀ ਬਾਹਰ ਨਿਕਲ ਕੇ ਸੜਕ 'ਤੇ ਖੜ ਕੇ ਆਪਣੀ ਜਾਨ ਬਚਾਓ। ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਬਾਰਾਮੂਲਾ ਸੈਂਟਰ ਮੰਨਿਆ ਜਾ ਰਿਹਾ ਇਸ ਭੂਚਾਲ ਦਾ, ਅਤੇ 5 ਕਿਲੋਮੀਟਰ ਡੈਪਥ ਯਾਨੀ ਕਿ 5 ਕਿਲੋਮੀਟਰ ਦੀ ਡੂੰਘਾਈ ਦੇ ਨਾਲ ਇਹ ਭੂਚਾਲ ਦੀ ਤੀਬਰਤਾ 4.8 ਪਹਿਲੇ ਝਟਕਿਆਂ ਦੇ ਵਿੱਚ ਅਤੇ ਬਾਅਦ ਦੇ ਵਿੱਚ 4.9 ਤੀਬਰਤਾ ਮਾਪੀ ਗਈ ਹੈ। ਕਮੈਂਟਾਂ ਦੇ ਵਿੱਚ ਸਾਨੂੰ ਦੱਸਦੇ ਰਹੋ ਕਿ ਕੀ ਤੁਸੀਂ ਭੂਚਾਲ ਦੇ ਝਟਕੇ ਸਵੇਰੇ ਸਵੇਰੇ ਮਹਿਸੂਸ ਕੀਤੇ ਨੇ। ਕਮੈਂਟਾਂ 'ਚ ਸਾਨੂੰ ਤੁਹਾਡਾ ਇੰਤਜ਼ਾਰ ਹੈ।